ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ। ਇੰਗਲੈਂਡ ਦੀਆਂ ਲਾਇਬ੍ਰੇਰੀਆਂ ਵਿੱਚ ਨਾਵਲ ਨਹੀਂ ਸੀ ਰੱਖੇ ਜਾਂਦੇ, ਕਿਉਂਕਿ ਨਾਵਲਾਂ ਨੂੰ ਨੀਵੀਂ ਪੱਧਰ ਦੀਆਂ ਚਰਿੱਤਰ ਵਿਗਾੜਨ ਵਾਲੀਆਂ ਪੁਸਤਕਾਂ ਕਿਹਾ ਜਾਂਦਾ ਸੀ। ਮਹਿਲਾਵਾਂ ਆਪਣੇ ਨਾਂ ਬਦਲ ਕੇ ਨਾਵਲ ਲਿਖਦੀਆਂ ਸਨ ਅਤੇ ਅਕਸਰ ਪੁਰਸ਼ਾਂ ਦੇ ਨਾਵਾਂ ਅਧੀਨ ਲਿਖਦੀਆਂ ਸਨ। ਜਾਰਜ ਇਲੀਅਟ ਦੇ ਨਾਵਲ ਅਖਲਾਕੀ ਸ਼ਕਤੀ ਕਾਰਨ ਪਹਿਲੀ ਵਾਰ ਲੰਡਨ ਦੀਆਂ ਲਾਇਬ੍ਰੇਰੀਆਂ ਵਿੱਚ ਰੱਖੇ ਗਏ ਅਤੇ ਪ੍ਰਵਾਨ ਹੋਏ। ਇਹਨਾਂ ਹੀ ਕਿਤਨਾ ਹੀ ਚਿਰ ਇਸਤਰੀਆਂ ਅਤੇ ਪੁਰਸ਼ਾਂ ਦੀਆਂ ਲਿਖੀਆਂ ਪੁਸਤਕਾਂ ਇੱਕ ਹੀ ਅਲਮਾਰੀ ਵਿੱਚ ਨਹੀਂ ਸੀ ਰੱਖੀਆਂ ਜਾਂਦੀਆਂ। ਭਾਰਤ ਵਿੱਚ ਜਦੋਂ ਕੋਈ ਜੀਵਨ ਸਾਥੀ ਦੇ ਗੁਜ਼ਰਨ ਉਪਰੰਤ ਦੂਜਾ ਵਿਆਹ ਕਰਵਾਏ ਤਾਂ ਅਜਿਹਾ ਕਰਨ ਨੂੰ ਪਹਿਲੇ ਪਤੀ ਜਾਂ ਪਤਨੀ ਦਾ ਅਪਮਾਨ ਸਮਝਿਆ ਜਾਂਦਾ ਰਿਹਾ ਹੈ। ਪਰ ਯੂਰਪ ਵਾਂਗ ਹੁਣ ਭਾਰਤ ਵਿੱਚ ਵੀ ਇਹ ਸਮਝਿਆ ਜਾਂਦਾ ਹੈ ਕਿ ਇਹ ਪਹਿਲੇ ਵਿਆਹ ਦਾ ਅਪਮਾਨ ਨਹੀਂ ਸਗੋਂ ਸਨਮਾਨ ਹੁੰਦਾ ਹੈ, ਕਿਉਂਕਿ ਪਹਿਲੇ ਵਿਆਹ ਦੀ ਤਸੱਲੀ ਹੀ ਦੂਜੇ ਵਿਆਹ ਲਈ ਹਿੰਮਤ ਅਤੇ ਉਤਸ਼ਾਹ ਪਜਾਉਂਦੀ ਹੈ। ਵਿਜੋਗੀ ਪਤਨੀ ਜਾਂ ਪਤੀ ਪਹਿਲੇ ਵਿਆਹ ਦੀ ਸਫਲਤਾ ਦੁਹਰਾਉਣੀ ਚਾਹੁੰਦੇ ਹਨ, ਪਹਿਲੇ ਵਿਆਹ ਦੀਆਂ ਗਲਤੀਆਂ ਸੁਧਾਰਨੀਆਂ ਚਾਹੁੰਦੇ ਹਨ, ਚੰਗੇਰੇ ਪਤੀ ਪਤਨੀ ਬਣਨਾ ਚਾਹੁੰਦੇ ਹਨ। ਪ੍ਰੇਮੀ ਪ੍ਰੇਮਿਕਾ ਨੂੰ 5 ਸਾਲ ਇਹ ਜਾਣਨ ਵਿੱਚ ਲੱਗ ਜਾਂਦੇ ਹਨ ਕਿ ਅਸੀਂ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਅਤੇ ਅਜਿਹੇ ਅਨੁਭਵ ਕਾਰਨ ਉਹ ਵਿਆਹ ਕਰਵਾ ਲੈਂਦੇ ਹਨ। ਪਰ ਵਿਆਹ ਤੋਂ 1 ਮਹੀਨੇ ਮਗਰੋਂ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਇੱਕ ਦੂਜੇ ਨਾਲ ਨਹੀਂ ਰਹਿ ਸਕਦੇ। ਅੰਗਰੇਜ਼ੀ ਦੀ ਪ੍ਰਸਿੱਧ ਨਾਵਲਕਾਰਾ ਜਾਰਜ ਇਲੀਅਟ ਮਰੀ ਦੂਜੇ ਪਤੀ ਦੀ ਗੋਦ ਵਿੱਚ ਸੀ, ਪਰ ਉਸਦੀ ਇੱਛਾ ਨੂੰ ਪੂਰਾ ਕਰਦਿਆਂ ਉਹ ਦਫਨਾਈ ਪਹਿਲੇ ਪਤੀ ਦੇ ਨੇੜੇ ਗਈ ਸੀ। ਪਹਿਲੇ ਪਤੀ ਨਾਲ ਉਹ 27 ਸਾਲ ਰਹੀ, ਪਰ ਉਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ। ਵਾਇਲਨ ਵਜਾਉਣ ਦੇ ਸ਼ੌਕੀਨ ਪੁੱਤਰ ਨੂੰ ਉਸਦੇ ਡਾਕਟਰ ਪਿਤਾ ਨੇ ਇਸ ਸ਼ਰਤ 'ਤੇ ਯੂਨੀਵਰਸਿਟੀ ਪੜ੍ਹਨ ਲਈ ਭੇਜਿਆ ਕਿ ਉਹ ਉੱਥੇ ਵਕੀਲ ਬਣਨ ਦੀ ਸਿਖਲਾਈ ਪ੍ਰਾਪਤ ਕਰੇ ਅਤੇ ਵਾਇਲਨ ਤੋਂ ਦੂਰ ਰਹੇ। ਪੁੱਤਰ ਦਾਖਲ ਤਾਂ ਹੋ ਗਿਆ, ਪਰ ਸਾਰਾ ਸਮਾਂ ਵਾਇਲਨ ਸਿੱਖਣ ਅਤੇ ਵਜਾਉਣ ਵਿੱਚ ਲਾਉਣ ਲੱਗਾ। ਉਸਤਾਦ ਉਸ ਨੂੰ ਠੀਕ ਢੰਗ ਨਾਲ ਤਿਆਰ ਨਾ ਕਰ ਸਕਿਆ, ਜਿਸ ਕਾਰਨ ਪਹਿਲੀ ਪੇਸ਼ਕਾਰੀ ਵਿੱਚ ਭਰਪੂਰ ਆਲੋਚਨਾ ਹੋਈ। ਪਰ ਆਲੋਚਕ ਨੇ ਕਿਹਾ ਕਿ ਇਹ ਅਣਤਰਾਸ਼ਿਆ ਹੀਰਾ ਹੈ। ਉਸਦੇ 2 ਪ੍ਰਤੀਕਰਮ ਹੋ ਸਕਦੇ ਸਨ, ਆਲੋਚਕਾਂ ਨੂੰ ਭੰਡਦਾ ਜਾਂ ਸਬਕ ਸਿੱਖਦਾ। ਉਹ ਅਖਬਾਰ ਦੇ ਦਫ਼ਤਰ ਗਿਆ, ਆਲੋਚਕ ਨੂੰ ਮਿਲਿਆ। ਉਹ ਸ਼ਾਮ ਉਸਨੇ 70 ਸਾਲਾਂ ਆਲੋਚਕ ਨਾਲ ਗੁਜ਼ਾਰੀ, ਆਪਣੇ ਨੁਕਸਾਂ ਅਤੇ ਘਾਟਾਂ ਬਾਰੇ ਜਾਣਿਆ ਅਤੇ ਉਹਨਾਂ ਨੂੰ ਸੁਧਾਰਨ ਸੰਬੰਧੀ ਸਲਾਹ ਮੰਗੀ। ਆਲੋਚਕ ਨੇ ਕਿਹਾ, ਇੱਕ ਭਰਪੂਰ ਯਤਨ ਹੋਰ ਕਰੋ। ਉਸਨੇ ਬਾਕੀ ਪੇਸ਼ਕਾਰੀਆਂ ਮਨਸੁੱਖ ਕਰ ਦਿੱਤੀਆਂ, ਦਿਨ ਰਾਤ 6 ਮਹੀਨੇ ਚੰਗੇ ਉਸਤਾਦਾਂ ਕੋਲੋਂ ਸਿਖਲਾਈ ਲਈ ਅਤੇ 26 ਸਾਲ ਦੀ ਉਮਰ ਵਿੱਚ ਉਹ ਯੂਰਪ ਦਾ ਹਰਮਨ ਪਿਆਰਾ ਵਾਇਲਨਿਸਟ ਬਣ ਗਿਆ ਅਤੇ ਆਪਣੇ ਪਿਤਾ ਦਾ ਨਾਂ ਰੋਸ਼ਨ ਕੀਤਾ। ਉਸਨੂੰ ਸਫਲਤਾ ਇਸ ਕਰਕੇ ਮਿਲੀ ਕਿਉਂਕਿ ਉਸਨੇ ਆਪਣੀਆਂ ਘਾਟਾਂ ਸਵੀਕਾਰ ਕੀਤੀਆਂ ਅਤੇ ਉਹਨਾਂ ਨੂੰ ਮਿਹਨਤ ਨਾਲ ਦੂਰ ਕੀਤਾ। ਅਮਰੀਕਾ ਵਿੱਚ ਕਾਰਾਂ ਬਣਾਉਣ ਵਾਲੀ ਫੋਰਡ ਕੰਪਨੀ ਦੇ ਮਾਲਕ ਨੂੰ ਇੱਕ ਸੁਪਰਵਾਈਜ਼ਰ ਨੇ ਕਿਹਾ ਕਿ ਇੱਥੇ ਸਾਰੇ ਸਿਰ ਸੁੱਟ ਕੇ ਕੰਮ ਕਰ ਰਹੇ ਹਨ ਸਿਵਾਏ ਉਸ ਸਾਹਮਣੇ ਬੈਠੇ ਬੰਦੇ ਦੇ। ਉਹ ਕੁਰਸੀ 'ਤੇ ਬੈਠਾ ਸਟੂਲ 'ਤੇ ਲੱਤਾਂ ਰੱਖ ਕੇ ਬੈਠਾ ਰਹਿੰਦਾ ਹੈ। ਉਹ ਮੁਫ਼ਤ ਦੀ ਤਨਖਾਹ ਲੈ ਰਿਹਾ ਹੈ। ਕੰਪਨੀ ਦੇ ਮਾਲਕ ਨੇ ਕਿਹਾ, ਉਹ ਵੀ ਕੰਮ ਕਰਦਾ ਹੈ। ਉਸਦਾ ਕੰਮ ਹੋਰਾਂ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਨੂੰ ਵੇਖ ਕੇ ਕਾਰਗੁਜ਼ਾਰੀ ਸੁਧਾਰਨ ਦੇ ਢੰਗ ਤਰੀਕੇ ਸੋਚਣਾ ਹੈ। ਪਿਛਲੀ ਵਾਰ ਜਦੋਂ ਉਸਨੇ ਕੰਮ ਕਰਨ ਦਾ ਨਵਾਂ ਢੰਗ ਦੱਸਿਆ ਸੀ ਤਾਂ ਅਮਰੀਕਾ ਵਿੱਚ ਸਾਡੀਆਂ ਕਾਰਾਂ 3ਜੇ ਤੋਂ 2 ਨੰਬਰ 'ਤੇ ਆ ਗਈਆਂ ਸਨ। ਉਸਦਾ ਕੰਮ ਸੋਚਣਾ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਔਨਲਾਈਨ ਆਰਡਰ ਕਰਨਾ ਚਾਹੁੰਦੇ ਹੋ, ਇਸਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ।
ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।